ਪੰਜਾਬੀ ਲੋਕਾਂ ਦੀ ਇੱਕ ਜੋੜੀ ਅਮਰ ਸਿੰਘ ਚਮਕੀਲਾ ਬੀਬਾ ਅਮਰਜੋਤ ਕੁਝ ਸਮਾਂ ਪਹਿਲਾਂ ਦੋਸਤੋ ਮਾਰਕੀਟ ਦੇ ਵਿੱਚ ਉਹਨਾਂ ਦੀਆਂ ਸੰਦਲੀ ਪੈੜਾਂ ਨੂੰ ਲੈ ਕੇ ਮਾਰਕੀਟ ਦੇ ਵਿੱਚ ਕਿਤਾਬ ਆਵਾਜ਼ ਮਰਦੀ ਨਹੀਂ ਮੇਰੀ ਪਹਿਲੀ ਮੁਲਾਕਾਤ ਅਮਰ ਸਿੰਘ ਚਮਕੀਲੇ ਨਾਲ ਉਦੋਂ ਹੋਈ ਜਦੋਂ ਸ਼ਰਿੰਦਰ ਸਿੰਦੇ ਨਾਲ ਬਤੌਰ ਗੀਤਕਾਰ ਆਇਆ ਕਰਦਾ ਸੀ ਸ਼ਰਿੰਦਰ ਸਿੰਦੇ ਦਾ ਸਗਿਰਦ ਹੋਣ ਕਰਕੇ ਉਹ ਉਸ ਨਾਲ ਹੀ ਆਉਂਦਾ ਸੀ ਮੇਰੀ ਉਸ ਨਾਲ ਪਹਿਲੀ ਮੁਲਾਕਾਤ ਸ਼ਰਿੰਦਰ ਸਿੰਦੇ ਨੇ ਹੀ ਕਰਵਾਈ ਸੀ ਬੜੀ ਲਾਜਵਾਬ ਗਾਇਕੀ ਸੀ ਉਸਦੀ ਉਹ ਕਮਾਲ ਦਾ ਬੰਦਾ ਸੀ ਕਮਾਲ ਦਾ ਕੰਪੋਜ਼ਰ ਸੀ ਕਮਾਲ ਦਾ ਗੀਤਕਾਰ ਸੀ ਕਮਾਲ ਦਾ ਗਾਇਕ ਸੀ ਉਹ ਆਪਣੀਆਂ ਕੰਪੋ ਜਿਸ ਨੇ ਆਪ ਹੀ ਬਣਾਇਆ ਕਰਦਾ ਸੀ ਉਹ ਬਹੁਤ ਵੱਡਾ ਲੇਖਕ ਸੀ ਉਸ ਦਾ ਕੋਈ ਜਵਾਬ ਨਹੀਂ ਆਮ ਲੋਕਾਂ ਦੀ ਉਸ ਬਾਰੇ ਕੀ رائے ਹੈ ਮੈਂ ਤੁਹਾਨੂੰ ਦੱਸਣ ਲੱਗਿਆ ਹਾਂ ਗਾਜ਼ੀਆਬਾਦ ਬਾਰਡਰ ਤੇ ਮੇਰੇ ਇੱਕ ਦੋਸਤ ਦੀ ਟਰਾਂਸਪੋਰਟ ਸੀ ਮੈਂ ਉਹਨਾਂ ਨੂੰ ਮਿਲਣ ਗਿਆ ਉੱਥੇ ਦੋ ਡਰਾਈਵਰ ਬੈਠੇ ਸੀ ਟਰੱਕ ਖੜਾ ਸੀ ਚਮਕੀਲੇ ਦੀ ਟੇਪ ਲਾਈ ਹੋਈ ਸੀ ਜੋ ਮੇਰੀ ਕੀਤੀ ਹੋਈ ਸੀ ਉਹ ਮੈਨੂੰ ਨਹੀਂ ਸੀ ਜਾਣਦੇ ਕਿ ਇਹ ਕੌਣ ਹੈ ਆਪਸ ਵਿੱਚ ਦੋਵੇਂ ਗੱਲਾਂ ਕਰ ਰਹੇ ਸਨ ਕੋਲੇ ਇੱਕ ਐਸਟੀਡੀਸੀ ਕਿਸੇ ਦੀ ਬਾਹਰੋਂ ਫੋਨ ਚ ਕਾਲ ਆਈ ਹੋਈ ਸੀ ਕਿ ਮਕੀਲੇ ਦੀ ਕੈਸਟ ਚੱਲਣ ਕਰਕੇ ਉਹਨਾਂ ਨੂੰ ਆਵਾਜ਼ ਨਹੀਂ ਸੀ ਸੁਣਦੀ ਉਹਨਾਂ ਨੇ ਕਿਹਾ ਭਾਈ ਸਾਹਿਬ ਜਰਾ ਟੇਪ ਬੰਦ ਕਰ ਦਿਓ ਬਾਹਰੋਂ ਕਾਲ ਆਈ ਹੈ ਸਾਨੂੰ ਉਹਨਾਂ ਦੀ ਆਵਾਜ਼ ਨਹੀਂ ਸੁਣਦੀ ਉਹਨਾਂ ਨੇ ਟੇਪ ਬੰਦ ਕਰ ਦਿੱਤੀ ਹੁਣ ਉਹ ਆਪਸ ਵਿੱਚ ਗੱਲਾਂ ਕਰਨ ਲੱਗ ਪਏ ਸਨ ਕਹਿੰਦੇ ਬੜਾ ਨਿਆਰਾ ਆਉਂਦਾ ਹੈ ਜਦੋਂ ਚਮਕੀਲੇ ਦੀ ਕੈਸਟ ਸੁਣਦੇ ਹਾਂ ਇਹੋ ਜਿਹਾ ਵਧੀਆ ਕਲਾਕਾਰ ਸੀ ਉੰਜ ਹੀ ਮਾਰਤਾ ਕਿਸੇ ਨੇ ਹੁਣ ਹੋਰ ਕਿਸੇ ਦਾ ਗਾਣਾ ਸੁਣਨ ਨੂੰ ਜੂ ਨਹੀਂ ਕਰਦੀ ਜੀ ਕਰਦਾ ਗੱਡੀਆਂ ਦੇ ਵਿੱਚੋਂ ਟੇਪਾਂ ਹੀ ਪਟਵਾ ਦਈਏ ਇਹ ਗੱਲ ਮੈਂ ਆਪਣੇ ਕੰਨੀਆਂ ਸੁਣੀਆਂ ਉਹਨਾਂ ਡਰਾਈਵਰ ਵੀਰਾਂ ਦੇ ਕੋਲੋਂ ਜਿਨਨੇ ਵੀ ਚਮਕੀਲੇ ਦੇ ਸਮਕਾਲੀ ਗਾਇਕ ਸੀ ਉਹਨਾਂ ਸਾਰਿਆਂ ਨਾਲੋਂ ਵੱਧ ਰਾਗਾਂ ਬਾਰੇ ਚਮਕੀਲੇ ਨੂੰ ਜਾਣਕਾਰੀ ਸੀ ਹੋਰ ਕਿਸੇ ਨੂੰ ਇਹ ਨਹੀਂ ਸੀ ਅਗਰ ਕੋਈ ਕਲਾਕਾਰ ਇਹ ਕਹਿੰਦਾ ਹੈ ਕਿ ਮੈਨੂੰ ਚਮਕੀਲੇ ਨਾਲੋਂ ਵੱਧ ਜਾਣਕਾਰੀ ਹੈ ਤਾਂ ਉਹ ਝੂਠ ਬੋਲਦਾ ਹੈ ਨਾਟਕ ਕਰਦਾ ਹੈ ਡਰਾਮਾ ਕਰਦਾ ਹੈ ਆਪਣੇ ਆਪ ਨਾਲ ਧੋਖਾ ਕਰਦਾ ਹੈ ਜਿੰਨੇ ਕੁ ਚਮਕੀਲੇ ਨੂੰ ਸਮਝ ਸੀ ਇਸ ਤੋਂ ਘੱਟ ਇਹਨਾਂ ਨੂੰ ਸੀ ਵੱਧ ਨਹੀਂ ਸੀ ਪ੍ਰਸਿੱਧੀ ਦਾ ਕਾਰਨ ਮੈਂ ਸਭ ਤੋਂ ਵੱਡਾ ਇਹੋ ਮੰਨਦਾ ਹਾਂ ਉੱਪਰ ਵਾਲੇ ਨੇ ਚਮਕੀਲੇ ਦੇ ਉੱਤੇ ਮਿਹਰ ਪਰਿਆ ਹੱਥ ਰੱਖਿਆ ਹੋਇਆ ਸੀ ਇੱਕ ਗੱਲ ਤਾਂ ਤੁਹਾਨੂੰ ਮੰਨਣੀ ਚਾਹੀਦੀ ਹੈ ਕਲਾਕਾਰ ਤਾਂ ਕਲਾਕਾਰ ਹੀ ਹੁੰਦਾ ਹੈ ਉਸ ਦੀ ਟੇਪ ਚੱਲੇ ਨਾ ਚੱਲੇ ਪ੍ਰਸਿੱਧੀ ਹੋਵੇ ਨਾ ਹੋਵੇ ਇਹ ਨਹੀਂ ਜੇਕਰ ਚਾਰ ਕਲਾਕਾਰ ਪ੍ਰਸਿੱਧ ਹਨ ਇਹ ਨਾ ਸਮਝ ਲਿਆ ਜਾਵੇ ਇਹੋ ਕਲਾਕਾਰ ਨੇ ਹੋਰ ਕੋਈ ਕਲਾਕਾਰ ਹੀ ਨਹੀਂ ਕਈ ਗਾਇਕ ਅਜਿਹੇ ਵੀ ਹਨ ਜੋ ਆਪਣੇ ਗੋਮ ਨਾਮੀ ਨਾਮ ਦੇ ਹਨੇਰੇ ਵਿੱਚ ਹੀ ਬੈਠੇ ਹਨ ਮੈਂ ਸਮਝਦਾ ਹਾਂ ਪਰਮਾਤਮਾ ਦੀ ਪੂਰੀ ਬਖਸ਼ਤ ਤੇ ਮੇਰ ਚਮਕੀਲੇ ਉੱਤੇ ਸੀ ਜਿਸ ਕਰਕੇ ਉਹ ਲੋਕਾਂ ਦਾ ਚਿਹਤਾ ਗਾਇਕ ਹੋ ਕੇ ਪ੍ਰਵਾਨ ਚੜਿਆ ਉਸ ਦਾ ਜਨਮ ਪਿੰਡੂ ਜ਼ਮੀਨ ਤੇ ਹੋਇਆ ਉਸ ਨੂੰ ਇਹ ਜ਼ਮੀਨ ਦਾ ਇਸ ਮਿੱਟੀ ਦਾ ਇਸ ਖਸਬੋ ਦਾ ਪਤਾ ਸੀ ਉਸ ਨੇ ਆਪਣੀ ਦਾਦੀ ਤੋਂ ਆਪਣੀ ਨਾਨੀ ਤੋਂ ਆਪਣੀ ਮਾਂ ਤੋਂ ਸੁਣਿਆ ਸੀ ਜੋ ਵੀ ਉਸ ਨੇ ਆਪਣੇ ਚਫੇਰੇ ਤੋਂ ਸੁਣਿਆ ਸੀ ਉਹ ਸਭ ਕੁਝ ਉਸ ਦੇ ਖੂਨ ਦੇ ਅੰਦਰ ਸੀ ਔਰ ਇਹ ਕਿ ਸਮਝਤਾ ਮੇਰੇ ਖਿਆਲ ਮੁਤਾਬਕ ਹਰ ਇੱਕ ਬੰਦੇ ਨੂੰ ਹੁੰਦੀ ਹੈ ਆਪਣੇ ਸੱਭਿਆਚਾਰ ਨਾਲ ਜੁੜਿਆ ਹੁੰਦਾ ਹੈ ਉਸ ਦਾ ਬਾ ਵਸਦਾ ਉਸ ਦੇ ਨਾਲ ਹੁੰਦਾ ਹੈ ਉਹ ਤਰਜਾਂ ਵੀ ਆਪਣੇ ਲੋਕਾਂ ਨਾਲ ਆਪਣੇ ਸੱਭਿਆਚਾਰ ਨਾਲ ਜੁੜ ਕੇ ਤਿਆਰ ਕਰਦਾ ਸੀ ਜਿਸ ਕਰਕੇ ਉਸ ਨੂੰ ਲੋਕ ਤਨਾ ਬਾਰੇ ਬੇਹੱਦ ਸੂਰ ਸੀ ਜ਼ਿਆਦਾਤਰ ਚ ਮਕੀਲਾ ਤਰਜਾਂ ਆਪ ਹੀ ਤਿਆਰ ਕਰਦਾ ਸੀ ਕੁਝ ਮੈਂ ਵੀ ਬਣਾਈਆਂ ਸਨ ਪਰ ਗੱਲ ਇਹ ਵੀ ਸੀ ਕਿ ਸਾਰੀਆਂ ਮੈਂ ਬਣਾ ਵੀ ਨਹੀਂ ਸਕਦਾ ਸੀ ਉਦੋਂ ਗੱਲ ਹੋਰ ਹੁੰਦੀ ਸੀ ਉਦੋਂ ਐਲਪੀ ਰਿਕਾਰਡ ਆਇਆ ਕਰਦਾ ਸੀ ਉਦੋਂ ਗਾਣੇ ਜਾਂ ਤਰਜਾਂ ਚੋਰੀ ਹੋਣ ਦਾ ਡਰ ਵੀ ਨਹੀਂ ਸੀ ਕਲਾਕਾਰ ਪਹਿਲਾਂ ਹੀ ਆਪਣੇ ਗਾਣੇ ਤਿਆਰ ਕਰਕੇ ਅਖਾੜਿਆਂ ਵਿੱਚ ਗਾ ਕੇ ਲੋਕਾਂ ਗੰਦਾਰਾ ਸਪੌਂਸ ਵਿਖਿਆ ਕਰਦੇ ਸੀ ਅੱਜ ਕੱਲ ਤਾਂ ਪਹਿਲਾਂ ਕੋਈ ਗਾ ਵੀ ਨਹੀਂ ਸਕਦਾ ਟੇਪ ਹੋ ਜਾਂਦੀ ਆ ਦੂਜੇ ਦਿਨ ਨੂੰ ਗਾਣਾ ਪੰਨ ਤੋੜ ਕੇ ਰਿਕਾਰਡ ਹੋ ਜਾਂਦਾ ਹੈ ਉਦੋਂ ਰਿਕਾਰਡ ਹੋਇਆ ਕਰਦੇ ਸੀ ਕੈਸਟ ਤਾਂ ਹੁੰਦੀ ਹੀ ਨਹੀਂ ਸੀ ਇਸ ਕਰਕੇ ਉਹ ਪਹਿਲਾਂ ਹੀ ਤਿਆਰੀ ਕਰਕੇ ਲਿਆਉਂਦਾ ਸੀ ਉਸ ਨੇ ਆ ਕੇ ਮੈਨੂੰ ਦੱਸਣਾ ਕਿ ਭਾਜੀ ਮੈਂ ਆ ਗੀਤ ਸਟੇਜ ਤੇ ਗਾਇਆ ਲੋਕਾਂ ਨੇ ਬਹੁਤ ਪਸੰਦ ਕੀਤਾ ਇਸ ਤੋਂ ਇਲਾਵਾ ਜਿੱਥੇ ਮੇਰੀ ਮਦਦ ਦੀ ਲੋੜ ਹੁੰਦੀ ਸੀ ਮੈਂ ਮਦਦ ਕਰਦਾ ਸੀ ਚਮਕੀਲੇ ਨੇ ਅਸਲੀ ਲਗਾਇਆ ਹੈ ਮੈਂ ਇਹ ਗੱਲ ਬਿਲਕੁਲ ਨਹੀਂ ਮੰਨਦਾ ਸਾਡੇ ਤੋਂ ਪਹਿਲਾਂ ਜਿਹੜੇ ਗਾਣੇ ਹੋਏ ਸਨ ਜਿਵੇਂ ਹੁਣ ਕਿਉਂ ਹੋਊਗੀ ਨੀ ਅੱਖ ਮਾਰ ਕੇ ਓਲੇ ਆਪਣੀ ਕੱਟੀ ਨੂੰ ਸਮਝਾ ਕੱਟੇ ਦਾ ਕਸੂਰ ਕੋਈ ਨਾ ਹੋਰ ਅਨੇਕਾਂ ਗੀਤ ਹਨ ਜੋ ਚਮਕੀਲੇ ਦੀ ਗਾਇਕੀ ਅਤੇ ਗੀਤ ਕਰੀ ਤੋਂ ਬੇਹੱਦ ਅਸਲੀਲ ਹਨ ਜਿਨ੍ਹਾਂ ਦੀ ਚਮਕੀਲੇ ਨੇ ਭੋਰਾ ਵੀ ਅਲੋਚਨਾ ਨਹੀਂ ਕੀਤੀ ਮਕੀਲ ਦੀ ਆਲੋਚਨਾ ਤਾਂ ਸਿਰਫ ਇੱਕ ਧਿਰ ਬਣ ਕੇ ਕੀਤੀ ਗਈ ਉਸ ਦਾ ਵਿਰੋਧੀ ਇੱਕ ਗਰੁੱਪ ਸੀ ਜਿਸ ਨੇ ਉਸ ਦੀ ਵਿਰੋਧਤਾ ਕਰਨਾ ਹੀ ਆਪਣਾ ਫਰਜ਼ ਸਮਝਿਆ ਸੀ ਉਸ ਨੇ ਜੋ ਵੀ ਗਾਇਆ ਹੈ ਉਹ ਸਿੱਧਾ ਗਾਇਆ ਹੈ ਤੇ ਲੋਕਾਂ ਨੇ ਪਸੰਦ ਕੀਤਾ ਹੈ ਉਸ ਦੇ ਕਈ ਆਲੋਚਕਾਂ ਨੇ ਉਸ ਦੀ ਗਾਇਕੀ ਨੂੰ ਅਸਲੀਲ ਕਿਹਾ ਹੈ ਹੋ ਸਕਦਾ ਹੈ ਉਹਨਾਂ ਨੂੰ ਚਮਕੀਲੇ ਦੀ ਗਾਇਕੀ ਅਸਲੀਲ ਲੱਗਦੀ ਹੋਵੇ ਪਰ ਮੈਂ ਚਮਕੀਲੇ ਦੀ ਗਾਇਕੀ ਨੂੰ ਪੂਰਾ ਵੀ ਅਸਲੀਲ ਨਹੀਂ ਮੰਨਦਾ ਚਮਕੀਲੇ ਤੋਂ ਪਹਿਲਾਂ ਵੀ ਗਾਇਕਾਂ ਨੇ ਲੱਚਰ ਗਾਇਆ ਤੇ ਚਮਕੀਲੇ ਤੋਂ ਬਾਅਦ ਵੀ ਗਾਇਕਾਂ ਨੇ ਲੱਚਰ ਗਾਇਆ ਹੈ ਪਤਾ ਨਹੀਂ ਚਮਕੀਲੇ ਨੂੰ ਹੀ ਇਸ ਦਾ ਜ਼ਿੰਮੇਵਾਰ ਕਿਉਂ ਸਮਝਿਆ ਜਾਂਦਾ ਹੈ ਇਹ ਉਹ ਇੱਕ ਵਿਰੋਧੀ ਗਰੁੱਪ ਦੀ ਚਾਲ ਹੈ ਚਮਕੀਲੇ ਨੂੰ ਬਦਨਾਮ ਕਰਨ ਦੀ ਚਮਕੀਲੇ ਨੂੰ ਲੱਚਰਤਾ ਕਰਕੇ ਨਹੀਂ ਮਾਰਿਆ ਗਿਆ ਜਿਹੜੇ ਕਹਿੰਦੇ ਸੀ ਚਮਕੀਲੇ ਨੂੰ ਲੱਚਰਤਾ ਕਰਕੇ ਮਾਰਿਆ ਗਿਆ ਹੈ ਪਰ ਸਭ ਤੋਂ ਵੱਧ ਚਮਕੀਲੇ ਦੇ ਗੀਤਾਂ ਨੂੰ ਉਹੀ ਸੁਣਦੇ ਹਨ ਚਮਕੀਲੇ ਨੂੰ ਤਾਂ ਮਰਵਾਇਆ ਗਿਆ ਹੈ ਕੋਈ ਸਿਆਸਤ ਕਰਕੇ ਕੀ ਸਿਆਸਤ ਕੀਤੀ ਗਈ ਉਸ ਵੇਲੇ ਕਈ ਲੋਕ ਆਇਆ ਕਰਦੇ ਸਨ ਕਲਾਕਾਰਾਂ ਕੋਲੇ ਤੇ ਕਿਹਾ ਕਰਦੇ ਸਨ ਪੰਥ ਦੀ ਸੇਵਾ ਕਰੋ ਪੰਥ ਦੇ ਨਾਂ ਤੇ ਕੁਝ ਦਿਓ ਭਾਵੇਂ ਉਹ ਅਸਲੀ ਸੰਤ ਤੇ ਭਾਵੇਂ ਨਕਲੀ ਇਹ ਤਾਂ ਪਰਮਾਤਮਾ ਹੀ ਜਾਣਦਾ ਹੈ ਕਲਾਕਾਰਾਂ ਨੇ ਕਹਿ ਦੇਣਾ ਹੈ ਸਾਡੇ ਕੋਲ ਤਾਂ ਕੀ ਹੈ ਜੋ ਕੁਝ ਹੈ ਚਮਕੀਲੇ ਕੋਲ ਹੈ ਚਮਕੀਲਾ ਹੀ ਸਾਰਾ ਕੰਮ ਕਰ ਰਿਹਾ ਹੈ ਤੁਸੀਂ ਉਸ ਨੂੰ ਸਮਝਾ ਦਿਓ ਉਹੀ ਲੱਚਰ ਗਾਉਂਦਾ ਹੈ ਕਲਾਕਾਰਾਂ ਨੇ ਚਮਕੀਲੇ ਦੇ ਵਿਰੁੱਧ ਉਹਨਾਂ ਲੋਕਾਂ ਨੂੰ ਇੰਨਾ ਗਰਮ ਕਰ ਦਿੱਤਾ ਕਿ ਇਹ ਬਾਣਾ ਵਰਤ ਗਿਆ ਚਮਕੀਲੇ ਨੇ ਆਪਣੇ ਗੀਤਾਂ ਵਿੱਚ ਪਿੰਡੂ ਸ਼ਬਦਾਂ ਦੀ ਮੁਹਾਵਰੇ ਵਾਲੀ ਰੱਜ ਕੇ ਵਰਤੋਂ ਕੀਤੀ ਜਿੰਨਾ ਕਰਕੇ ਹਰ ਇੱਕ ਬੰਦੇ ਨੂੰ ਲੱਗਦਾ ਹੈ ਕਿ ਚਮਕੀਲਾ ਮੇਰੀ ਹੀ ਗੱਲ ਕਰ ਰਿਹਾ ਹੈ ਚਮਕੀਲੇ ਨੂੰ ਤੇ ਮੇਰੇ ਸੰਗੀਤ ਨੂੰ ਬਸ ਇੱਕ ਸੈਟਿੰਗ ਲਾ ਲਓ ਕਿ ਮੇਰਾ ਸੰਗੀਤ ਚਮਕੀਲੇ ਦੇ ਗਾਣੇ ਪੰਜਾਬੀ ਸਰੋਤੇ ਸਦਾ ਯਾਦ ਰੱਖਣਗੇ ਲੋਕ ਬੋਲੀ ਅਤੇ ਲੋਕ ਗੀਤ ਦਾ ਰਤਬਾ ਉਹੀ ਗੀਤ ਹਾਸਲ ਕਰਦਾ ਹੈ ਜਿਹੜਾ ਆਪਣੇ ਸਮੇਂ ਵਿੱਚ ਬਹੁਤ ਮਕਬੂਲ ਹੋ ਜਾਵੇ ਜਿਵੇਂ ਕਈ ਗੀਤ ਇੰਨੇ ਮਕਬੂਲ ਹੋਏ ਸਨ ਲੋਕ ਉਸ ਦੇ ਲੇਖਕ ਨੂੰ ਭੁੱਲ ਗਏ ਲੋਕ ਗੀਤਾਂ ਜਾਂ ਲੋਕ ਬੋਲੀ ਦਾ ਦਰਜਾ ਪ੍ਰਾਪਤ ਕਰ ਗਏ ਸਨ ਕਈ ਗੀਤਾਂ ਜਾਂ ਤਰਜਮੇ ਆਪ ਤਿਆਰ ਕੀਤੀਆਂ ਉਹ ਪਾਕਿਸਤਾਨ ਵਿੱਚ ਉੱਥੋਂ ਦੇ ਗਾਇਕਾਂ ਨੇ ਗਾਈਆਂ ਉਹਨਾਂ ਦੀ ਪ੍ਰਸਿੱਧੀ ਬੇਹੱਦ ਹੋਈ ਮੇਰੀਆਂ ਤਰਜਮੇ ਵੀ ਲੋਕ ਤਰਜਮੇ ਬਣ ਗਈਆਂ ਇਸੇ ਤਰ੍ਹਾਂ ਚਮਕੀਲੇ ਦੇ ਲਿਖੇ ਗੀਤ ਲੋਕ ਗੀਤਾਂ ਦਾ ਦਰਜਾ ਜਿਵੇਂ ਕਿਲੇ ਦੀਆਂ ਤਿਆਰ ਕੀਤੀਆਂ ਤਰਜਾਂ ਲੋਕ ਤਰਜਾਂ ਦਾ ਦਰਜਾ ਪ੍ਰਾਪਤ ਕਰ ਗਈਆਂ ਸਨ ਇਹ ਸਭ ਕੁਝ ਉਸ ਦੀ ਮਿਹਨਤ ਉੱਪਰ ਬੜੀ ਦੀ ਮਿਹਰ ਸਦਕਾ ਹੀ ਹੈ ਬੜੀ ਮਿਹਨਤ ਅਤੇ ਮਿਹਰ ਦਾ ਕਰਿਸ਼ਮਾ ਹੈ ਮਿਹਨਤ ਨਾਲ ਲਿਖੀ ਅਤੇ ਗਾਈ ਚਾਹੇ ਕਿਸੇ ਦੀ ਰਚਨਾ ਹੋਵੇ ਉਸ ਦੇ ਪ੍ਰਸਿੱਧ ਹੋਣ ਤੋਂ ਬਾਅਦ ਲੋਕ ਗੀਤ ਤਰਜ ਬਣ ਜਾਂਦੀ ਹੈ ਅੱਜ ਤੱਕ ਜਿੰਨੇ ਵੀ ਕਲਾਕਾਰਾਂ ਨਾਲ ਮੈਂ ਵਰਤਿਆ ਹਾਂ ਜਿੰਨੇ ਵੀ ਕਲਾਕਾਰਾਂ ਨੂੰ ਮੈਂ ਗਵਾਇਆ ਹੈ ਚਾਹੇ ਕਿਸੇ ਨੂੰ ਗੁੱਸਾ ਲੱਗੇ ਜਾਹੇ ਕਿਸੇ ਨੂੰ ਚੰਗਾ ਲੱਗੇ ਐਸਾ ਮਰਦ ਕਲਾਕਾਰ ਕੋਈ ਨਹੀਂ ਟੱਕਰਿਆ ਚਮਕੀਲਾ ਐਸਾ ਮਰਦ ਕਲਾਕਾਰ ਸੀ ਯਾਰਾਂ ਦਾ ਯਾਰ ਸੀ ਜਿਸ ਦੀ ਕੋਈ ਵੀ ਮਿਸਾਲ ਦੇਣੀ ਔਖੀ ਹੈ ਇਸ ਤੋਂ ਬਾਅਦ ਜੇ ਕੋਈ ਮੈਨੂੰ ਇਹੋ ਜਿਹਾ ਮਰਦ ਕਲਾਕਾਰ ਟੱਕਰਿਆ ਉਹ ਹੈ ਸਤਵਿੰਦਰ ਬੁੱਗਾ ਜਿਸ ਤੇ ਮੈਨੂੰ ਪੂਰਾ ਮਾਣ ਹੈ ਕਿ ਮੇਰਾ ਉਹ ਆਪਣਾ ਹੈ ਚਮਕੀਲਾ ਬਹੁਤ ਹੀ ਮਿਲਣਸਾਰ ਅਤੇ ਬਹੁਤ ਹੀ ਨਿਮਰਤਾ ਵਾਲਾ ਬੰਦਾ ਸੀ ਜਦੋਂ ਚਮਕੀਲੇ ਦੀ ਮੌਤ ਹੋਈ 22 ਫਰਵਰੀ ਨੂੰ ਮੇਰੇ ਕੋਲ ਚਮਕੀਲੇ ਦੀ ਚਿੱਠੀ ਆਈ ਔਰ 9 ਮਾਰਚ ਨੂੰ ਮੈਂ ਚਮਕੀਲੇ ਦੀ ਖਬਰ ਜਦੋਂ ਅਖਬਾਰ ਵਿੱਚ ਪੜ੍ਹੀ ਤਾਂ ਮੇਰਾ ਮਨ ਬਹੁਤ ਹੀ ਦੁਖੀ ਹੋਇਆ ਅੱਜ ਜੇਕਰ ਚਮਕੀਲਾ ਜਿਉਂਦਾ ਹੁੰਦਾ ਤਾਂ ਗਾਇਕੀ ਦਾ ਮੂਹ ਮੰਹੰਦਰਾ ਹੋਰ ਹੋਣਾ ਸੀ ਮੈਨੂੰ ਯਾਦ ਹੈ ਜਦੋਂ ਵੀ ਅਮਰਜੋਤ ਮੇਰੇ ਘਰ ਆਈ ਉਸਨੇ ਮੇਰੇ ਸਾਹਮਣੇ ਬੈਠ ਕੇ ਰੋਟੀ ਕਦੇ ਨਹੀਂ ਖਾਦੀ ਸੀ ਉਹ ਇੰਨੇ ਆਦਬ ਤੇ ਇੱਜ਼ਤ ਵਾਲੀ ਸੀ ਚਮਕੀਲੇ ਤੇ ਅਮਰਜੋਤ ਦੋਵੇਂ ਮੇਰਾ ਬਹੁਤ ਸਤਿਕਾਰ ਕਰਦੇ ਸਨ ਅਮਰਜੋਤ ਕਿਚਨ ਵਿੱਚ ਸਾਰੇ ਪਾਂਡੇ ਸਾਫ਼ ਕਰਦੀ ਸੀ ਅਤੇ ਖਾਣਾ ਤਿਆਰ ਕਰਦੀ ਸੀ ਅਸੀਂ ਸਾਰਿਆਂ ਜਦੋਂ ਖਾਣਾ ਖਾ ਲੈਣਾ ਉਸਨੇ ਅਖੀਰ ਵਿੱਚ ਮੇਰੀ ਪਤਨੀ ਸੰਗੀਤਾ ਹੁਜਾ ਨਾਲ ਆਪਣੀ ਆਂਟੀ ਨਾਲ ਰੋਟੀ ਖਾਣੀ ਸਾਡੇ ਪਰਿਵਾਰ ਵਿੱਚ ਸਾਡੇ ਬੱਚਿਆਂ ਵਾਗ ਰਹੇ ਦੀ ਸੀ ਮੁਹੰਮਦ ਸਦੀਕ ਤੇ ਜੀਤਕੁਰ ਦੀ ਜੋੜੀ ਤੋਂ ਬਾਅਦ ਅਮਰਜੋਤ ਦੀ ਗਾਇਕ ਜੋੜੀ ਸਿਖਰਾਂ ਤੇ ਸੀ ਮੇਰੀ ਜ਼ਿੰਦਗੀ ਵਿੱਚ ਅਮਰ ਸਿੰਘ ਚਮਕੀਲੇ ਤੇ ਬੀਬਾ ਅਮਰਜੋਤ ਦੀ ਘਾਟ ਪਈ ਹੈ ਨਾ ਹੀ ਹੁਣ ਤੱਕ ਪੂਰੀ ਹੋਈ ਹੈ ਤੇ ਨਾ ਹੀ ਅੱਗੇ ਪੂਰੀ ਹੋਵੇਗੀ ਉਹ ਜਿਹੋ ਜਿਹੇ ਲੋਕ ਸੀ ਉਹ ਜਿਹੇ ਬਣਨੇ ਬਹੁਤ ਮੁਸ਼ਕਲ ਹਨ ਇੱਕ ਸਮਾਂ ਮੇਰੀ ਜ਼ਿੰਦਗੀ ਵਿੱਚ ਆਇਆ ਕਿ ਮੈਨੂੰ ਪੈਸਿਆਂ ਦੀ ਲੋੜ ਪੈ ਗਈ ਅਸਮੇ ਚਮਕੀਲੇ ਨੇ ਮੇਰੀ ਮਦਦ ਕੀਤੀ ਫਿਰ ਮੈਂ ਵੀ ਉਸ ਦੇ ਬੱਚਿਆਂ ਦੀ ਮਦਦ ਕੀਤੀ ਇੱਕ ਦੂਜੇ ਦਾ ਦੁੱਖ ਦਰਦ ਸਮਝਣ ਵਾਲਾ ਸੀ ਅਮਰ ਸਿੰਘ ਚਮਕੀਲਾ ਮੈਂ ਸਮਝਦਾ ਹਾਂ ਕਿ ਲੋਕਾਂ ਨੂੰ ਉਸ ਨਾਲ ਜਲਸੀ ਤਾਂ ਨਹੀਂ ਕਰਨੀ ਚਾਹੀਦੀ ਸੀ ਸਗੋਂ ਮਿਹਨਤ ਕਰਕੇ ਉਸ ਦੇ ਬਰਾਬਰ ਆਉਂਦੇ ਫਿਰ ਸਵਾਦ ਆਉਂਦਾ ਉਸ ਦੀ ਘਾਟ ਮੈਨੂੰ ਹੋਈ ਹੈ ਉਹ ਪੂਰੀ ਨਹੀਂ ਹੋ ਸਕਦੀ ਜੋ ਉਸ ਨੇ ਗਾਇਆ ਨਾਮ ਜਪ ਲੈ ਨਮਾਣੀ ਜਿੰਦੇ ਮਰੀਏ ਔਖੇ ਵੇਲੇ ਕੰਮ ਆਊਗਾ ਅਤੇ ਤਲਵਾਰ ਮੈਂ ਕਲਗੀ ਧਰਦੀ ਹਾਂ ਇਹ ਕੋਈ ਘਟ ਮਕਬੂਲ ਹੋਇਆ ਇਹ ਵੀ ਇੱਕ ਚਮਕੀਲਾ ਹੀ ਸੀ ਚਮਕੀਲਾ ਵਧੀਆ ਗੀਤਕਾਰ ਸੀ ਗਾਇਕ ਸੀ ਕੰਪੋਜ਼ਰ ਸੀ ਸੰਗੀਤਕਾਰ ਹੋਣ ਦੇ ਨਾਲ ਨਾਲ ਬਹੁਤ ਵਧੀਆ ਇਨਸਾਨ ਵੀ ਸੀ ਮੈਂ ਤਾਂ ਇਹੋ ਦੁਆ ਕਰਦਾ ਹਾਂ ਕਿ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਵਾਸ ਤੇ ਮੁਕਤੀ ਬਖਸ਼ੇ ਮੈਂ ਤੁਹਾਡਾ ਹਿਤੂ ਸੰਗੀਤਕਾਰ ਚਰਨਜੀਤ ਉਹੂਜਾ ਮਿਲਦਿਆਂ ਦੋਸਤੋ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ